اعوذ باللہ من الشیطان الرجیم بسم اللہ الرحمن الرحیم اے حبیب جد تسیں طلاق دیو عورتاں نوں تد طلاق دیو انہاں نوں انہاں دی عدت دے وقت یعنی جد عورت ایام تو پاک ہو لے۔ تے ٹھیک ٹھیک گن رکھو انہاں دی عدت دا زمانہ تے ڈر دے رہو اللہ تو جو رب اے تہاڈا۔ نہ کڈو انہاں نوں انہاں دے گھراں تو عدت دے دناں وچ ਦੇ ਨਾ ਆਪ ਨਿਕਲਣ ਪਰ ਜੋ ਕਰ ਖੁੱਲਾ ਖੁੱਲਾ ਬੇਹਯਾਈ ਦਾ ਕੰਮ ਤੇ ਇਹ ਨੇ ਮੁਕਰਰ ਕੀਤੀਆਂ ਹੱਦਾਂ ਅੱਲਾਹ ਦੀਆਂ ਤੇ ਜਿਹੜਾ ਟੱਪ ਜਾਏਗਾ ਹੱਦਾਂ ਲਾਦੀਆਂ ਸੋ ਉਸਨੇ ਬੁਰਾ ਕੀਤਾ ਆਪਣੀ ਜਾਨ ਦਾ ਉਹ ਨਹੀਂ ਜਾਣਦਾ ਸ਼ਾਇਦ ਅੱਲਾਹ ਨਵੀਂ ਕੱਢੇ ਇਹ ਤੋਂ ਪਿੱਛੇ ਕੋਈ ਗੱਲ ਯਾਨੀ ਸੂਰਤ ਕੋਈ ਮੁਆਫਕਤ ਦੀ ਪੈਦਾ ਹੋ ਜਾਏ ਫਿਰ ਜਦ ਪਹੁੰਚ ਗਈਆਂ ਆਪਣੀ ਇੱਜ਼ਤ ਦੀ ਮੁੱਦਤ ਨੂੰ ਤਦ ਰੱਖ ਲੋ ਉਹਨਾਂ ਨੂੰ ਨੇਕ ਤਰ੍ਹਾਂ ਨਾਲ ਜਾਂ ਛੱਡ ਦਿਓ ਉਹਨਾਂ ਨੂੰ ਨੇਕ ਤਰ੍ਹਾਂ ਨਾਲ ਤੇ ਗਵਾਹ ਕਰ ਲੋ ਦੋ ਮੋਹਤ ਵਾਰ ਆਪਣੇ ਵਿੱਚੋਂ ਤਾਂ ਲੋਕਾਂ ਵਿੱਚ ਤੋਂ ਮਤ ਨਾ ਲੱਗੇ ਤੇ ਇਹ ਗਵਾਹ ਠੀਕ ਠੀਕ ਤੇ ਪੂਰੀ ਦਿਓ ਗਵਾਹੀ ਅੱਲਾਹ ਵਾਸਤੇ ਕਿਸੇ ਦਾ ਲਿਆਦ ਨਾ ਕਰੋ ਇਹ ਹੁਕਮ ਇਹ ਇਸ ਨਾਲ ਨਸੀਹਤ ਦਿੱਤੀ ਜਾਂਦੀ ਹੈ ਉਸ ਨੂੰ ਜਿਹੜਾ ਮੰਨਦਾ ਰਿਹਾ ਹੈ ਅੱਲਾਹ ਨੂੰ ਤੇ ਦਿਨ ਆਖਰਤ ਨੂੰ ਤੇ ਜਿਹੜਾ ਡਰਦਾ ਰਿਹਾ ਹੈ ਅੱਲਾਹ ਤੋਂ ਤੇ ਉਹ ਬਣਾ ਦਿੰਦਾ ਹੈ ਹਰ ਸ਼ਖਤੀ ਵਿੱਚੋਂ ਨਿਕਲਣ ਦੀ ਕੋਈ ਰਾ ਰਜ਼ਕ ਦੇਗਾ ਉਹਨੂੰ ਜਿਸ ਨੂੰ ਉਹ ਗੁਮਾਨ ਵੀ ਨਾ ਕਰਦਾ ਹੋਵੇ ਤੇ ਜਿਹੜਾ ਭਰੋਸਾ ਕਰੇ ਅੱਲਾਹ ਉਤੇ ਤਾਂ ਉਹ ਤੇਰਾ ਉਸ ਨੂੰ ਅੱਲਾਹ ਜ਼ਰੂਰ ਪੂਰਾ ਕਰ ਲੈਂਦਾ ਹੈ ਕੰਮ ਆਪਣਾ ਠਹਿਰਾਇਆ ਹੋਇਆ ਹੈ ਅੱਲਾਹ ਨੇ ਹਰ ਚੀਜ਼ ਦਾ ਅੰਦਾਜ਼ਾ ਤੇ ਜਿਹੜੀਆਂ ਉਮੀਦ ਲਾ ਬੈਠੀਆਂ ਨੇ ਹਜ਼ਦੀ ਤੁਹਾਡੀਆਂ ਔਰਤਾਂ ਵਿੱਚੋਂ ਜਿਨ੍ਹਾਂ ਨੂੰ ਤਲਾਕ ਦਿੱਤੀ ਜਾਏ ਤੇ ਤੁਹਾਨੂੰ ਸ਼ੁਭਾ ਰਿਹਾ ਹੈ ਉਹਨਾਂ ਦੇ ਮਾਮਲੇ ਵਿੱਚ ਤਾਂ ਇੱਦਤ ਉਹਨਾਂ ਦੀ 3 ਮਹੀਨੇ ਹੈ ਤੇ ਜਿਨ੍ਹਾਂ ਨੂੰ ਅਜੇ ਹਜ਼ ਨਹੀਂ ਆਇਆ ਉਹਨਾਂ ਦੀ ਇੱਦਤ ਵੀ 3 ਮਹੀਨੇ ਹੈ ਤੇ ਜੋ ਹਮਲ ਵਾਲੀਆਂ ਨੇ ਉਹਨਾਂ ਦੀ ਇਹ ਇੱਜ਼ਤ ਹੈ ਜੋ ਜਨ ਲੈਣਾ ਮਨ ਲਾਪਨਾ ਤੇ ਜਿਹੜਾ ਡਰਦਾ ਰਹੇਗਾ ਅੱਲਾਹ ਤੋਂ ਉਹ ਕਰ ਦੇਗਾ ਉਹਨੂੰ ਉਹਦਾ ਕੰਮ ਸੌਖਾ ਇਹ ਹੁਕਮ ਅੱਲਾਹ ਦਾ ਉਤਾਰਿਆ ਸੁਹੇ ਤੁਸਾਂ ਵੱਲ ਤੇ ਜਿਹੜਾ ਬਚਦਾ ਰਹੇਗਾ ਅੱਲਾਹ ਤੋਂ ਉਤਾਰ ਦੇਗਾ ਉਹਦੇ ਸ਼ਿਰੋਹ ਦੀਆਂ ਬੁਰਾਈਆਂ ਤੇ ਬੜਾ ਦੇਗਾ ਉਹਨੂੰ ਸਵਾਬ ਵਸਨ ਨੂੰ ਥਾਂ ਦਿਓ ਉਹਨਾਂ ਨੂੰ ਇੱਜ਼ਤ ਦੇ ਜਨਾਂ ਵਿੱਚ ਜਿੱਥੇ ਆਪ ਵਸਦੇ ਹੋ ਆਪਣੇ ਜੁੜ ਦੇ ਵਿੱਚੋਂ ਤੇ ਨਾ ਦੁੱਖ ਦਿਓ ਉਹਨਾਂ ਨੂੰ ਤੰਗ ਕਰਨ ਲਈ ਤੇ ਜੇ ਹੁਣ ਹਮਲਵਾ ਲੀਆਂ ਤਾਂ ਖਰਚ ਕਰਦੇ ਰਹੋ ਉਹਨਾਂ ਉੱਤੇ ਇਥੋਂ ਤੀਕ ਜਨ ਲੈਣਾ ਮਤਲਬ ਆਪਣਾ ਫੇਰ ਜੇ ਬੱਚੇ ਨੂੰ ਦੁੱਧ ਪਲਾਵਣ ਤੁਹਾਡੀ ਖਾਤਰ ਤਾਂ ਦਿਓ ਉਹਨਾਂ ਨੂੰ ਹੁਜਰਤ ਉਹਨਾਂ ਦੀ ਹੁਜਰਤ ਦਾ ਮਾਮਲਾ ਤੈਅ ਕਰ ਲਓ ਆਪੇ ਵਿੱਚ ਭਲੇ ਤਰੀਕੇ ਨਾਲ ਤੇ ਜੇ ਇੱਕ ਦੂਜੇ ਉੱਤੇ ਤੰਗੀ ਕੀਤੀ ਜੇ ਤਾਂ ਦੁੱਧ ਪਲਾਦੇਗੀ ਉਹਦੀ ਖਾਤਰ ਹੋਰ ਔਰਤ ਉਹਦਾ ਖਰਚੇ ਪੀਉਦੇ ਸਿਰ ਖਰਚ ਕਰਨਾ ਚਾਹੀਦਾ ਹੈ ਕੋਸ਼ائش ਵਾਰੇ ਨੂੰ ਆਪਣੀ ਕੋਸ਼ائش ਵਿੱਚੋਂ ਤੇ ਜਿਸ ਤੇ ਤੰਗ ਹੋਈ ਰੋਦੀ ਸੋ ਉਸ ਨੂੰ ਖਰਚਣਾ ਚਾਹੀਦਾ ਹੈ ਉਹਦੇ ਵਿੱਚੋਂ ਜਿੰਨਾ ਦਿੱਤਾ ਉਹਨੂੰ ਅੱਲਾ ਨੇ ਨਹੀਂ ਕੰਮ ਦੱਸਦਾ ਅੱਲਾ ਕਿਸੇ ਨੂੰ ਪਰ ਇਤਨਾ ਜਿੰਨਾ ਦਿੱਤਾ ਸੁ ਉਹਨੂੰ ਹੁਣ ਕਰਦੇਗਾ ਅੱਲਾ ਉਹ ਖਿਆਈ ਦੇ ਪਿੱਛੇ ਸੌਖਿਆਈ ਤੇ ਕਿਤਨੀ ਹੀ ਬਸਤੀਆਂ ਲੰਗ ਤੁਰੀਆਂ ਆਪਣੇ ਰੱਬ ਦੇ ਹੁਕਮਾਂ ਤੇ ਉਹਦੇ ਪੈਗੰਬਰਾਂ ਦੇ ਫਿਰ ਅਸਾਂ ਦੇਖਾ ਲਿਆ ਉਹਨਾਂ ਤੋਂ ਸਖਤ ਦੇਖਾ ਤੇ ਅਜ਼ਾਬ ਕੀਤਾ ਉਹਨਾਂ ਨੂੰ ਅਜ਼ਾਬ ਅੰਡਠਾ ਫਿਰ

ਵਾੜੇ گاਉਂ ਨੂੰ ਬਾਗਾਂ ਵਿੱਚ ਜਿੰਨਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ساری ਉਮਰਾਂ ਸੋਹਣੀ ਦਿੱਤੀ ਅੱਲਾ ਨੇ ਉਹਨੂੰ ਰੋਜ਼ੀ ਅੱਲਾ ਉਹ ਹੈ ਜਿਨ ਬਣਾਏ ਸਤ ਅਸਮਾਨ ਤੇ ਜ਼ਮੀਨਾਂ ਵੀ ਉਹਨਾਂ ਦੇ ਬਰਾਬਰ ਉੱਤਰਦੇ ਹੁਕਮੋਨਾਂ ਵਿੱਚ ਤਾਂ ਤੁਸੀਂ ਜਾਣ ਲਓ ਇਹ ਜੋ ਅੱਲਾ ਦਾ ਜ਼ਰੂਰ ਹਰ ਚੀਜ਼ ਉੱਤੇ ਬਸ ਚੱਲਦਾ ਹੈ ਤੇ ਇਹ ਜੋ ਅੱਲਾ ਨੇ ਘੇਰ ਲਿਆ ਹੈ ਹਰ ਚੀਜ਼ ਨੂੰ ਇਲਮ ਨਾਲ